ਸਤਿ ਸ਼੍ਰੀ ਅਕਾਲ। ਚੁਣਾਵ ਜਿਹੜਾ ਹੋਇਆ ਹੁਣ ਸਮੇਂ 18ਵੀਂ ਲੋਕ ਸਭਾ ਲਈ ਹੈ, ਉਸ ਨੂੰ ਲੈ ਕੇ ਦੂਜੀ ਕੜੀ ਦੇ ਵਿੱਚ ਸਾਡੇ ਵਿੱਚ ਫਿਰ ਸੀਨੀਅਰ ਜਰਨਲਿਸਟ ਅਜੇ ਭਾਰਦਵਾਜ ਜੀ ਸਾਡੇ ਕੋਲ ਆਏ, ਅਸੀਂ ਸਾਡੇ ਸੱਦੇ ਦੇ ਦੁਆਰਾ ਆਏ ਹਾਂ। ਅਜੇ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਥੈਂਕ ਯੂ ਸਤਿੰਦਰ ਜੀ, ਅੱਜ ਤੁਸੀਂ ਮੈਨੂੰ ਪੰਜਾਬ ਮੌਕਾ ਪੈਲਸ ਦਿੱਤਾ ਆਪਣੇ ਚੈਨਲ ਤੇ ਆਉਣ ਲਈ, ਤੇ ਤੁਹਾਡੇ ਜਿੰਨੇ ਵੀ ਦਰਸ਼ਕ ਨੇ ਉਹਨਾਂ ਨਾਲ ਜੁੜਨ ਲਈ, ਉਹਨਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਮੈਂ ਬਹੁਤ ਬਹੁਤ ਧੰਨਵਾਦੀ ਹਾਂ ਤੁਹਾਡਾ। ਅੱਜ ਜਿਹੜਾ ਸਾਡਾ ਅਜੇ ਜੀ ਨੂੰ ਅਸੀਂ ਸੱਦਾ ਦਿੱਤਾ ਹੈ, ਪੰਜਾਬ ਦੇ ਵਿੱਚ ਦੋ ਸੀਟਾਂ ਇੰਡੀਪੈਂਡੈਂਟ ਕੈਂਡੀਡੇਟ ਨੇ ਜਿੱਤੀਆਂ, ਖਡੂਰ ਸਾਹਿਬ ਤੇ ਫਰੀਦਕੋਟ। ਉਹਨਾਂ ਦੇ ਉੱਪਰ ਚਰਚਾ ਕਰਨ ਦੇ ਲਈ ਅਸੀਂ ਅਜੇ ਜੀ ਨੂੰ ਸੱਦਾ ਦਿੱਤਾ ਹੈ। ਅਜੇ ਜੀ, ਜਿਹੜੀ ਦੋਨੋਂ ਸੀਟਾਂ ਆਪਣੀਆਂ, ਖਡੂਰ ਸਾਹਿਬ ਵਾਲੀ ਜਿਹੜੀ ਸੀਟ ਹੈ ਉਹ ਅੰਮ੍ਰਿਤਪਾਲ ਸਿੰਘ ਕੋਲ ਗਈ ਹੈ, ਤੇ ਉਸੇ ਤਰ੍ਹਾਂ ਫਰੀਦਕੋਟ ਦੀ ਸਰਬਜੀਤ ਸਿੰਘ ਢਿੱਲੋਂ ਕੋਲ ਗਈ ਹੈ। ਇਹਨਾਂ ਦੇ ਬਾਰੇ ਤੁਹਾਡਾ ਕੀ ਰੁਖ ਹੈ, ਔਰ ਅੱਗੇ ਪੰਜਾਬ ਦੇ ਵਿੱਚ ਇਸਦਾ ਕੀ ਮੈਸੇਜ ਆਉਣ ਵਾਲਾ ਹੈ, ਔਰ ਨੈਸ਼ਨਲ ਲੈਵਲ ਤੇ ਕੀ ਮੈਸੇਜ ਆਉਣ ਵਾਲਾ? ਸਿੰਦਰ ਜੀ, ਜਿਹੜਾ ਪੰਜਾਬ ਦਾ ਕੀ ਇਲੈਕਸ਼ਨ ਹੈ ਰਿਹਾ ਹੈਗਾ, ਉਹ ਆਪਾਂ ਦੇਖ ਰਹੇ ਹਾਂ ਰਿਜ਼ਲਟ ਤੋਂ ਬਾਅਦ ਇੱਕ ਬੜਾ ਵਿਚਿੱਤਰ ਜਿਹਾ ਇਲੈਕਸ਼ਨ ਸੀਗਾ। ਇਹਦੇ 'ਚ ਜਿੱਥੇ ਇਹਦੇ ਕਈ ਪੱਖ ਨੇ ਜਿਹੜੇ ਆਪਾਂ ਨੂੰ ਲੱਗਦਾ ਕਿ ਬੜੇ ਨਵੇਂ ਨਵੇਂ ਤਰੀਕੇ ਨਾਲ ਆਏ ਨੇ। ਅਕਾਲੀ ਦਲ ਫੋਰ ਐਗਜ਼ਾਮਪਲ ਇੱਕਦਮ ਥੱਲੇ ਚਲਾ ਗਿਆ, ਉਹ ਵੋਟ ਪਰਸੈਂਟੇਜ ਵੀ ਥੱਲੇ ਚਲੀ ਗਈ ਹੈ, ਇੱਕ ਸੀਟ ਮਿਲੀ ਹੈ। ਅੱਛਾ, ਭਾਜਪਾ ਦਾ ਬੜਾ ਇੱਕ ਸੰਘਰਸ਼ਪੂਰਨ ਇਹ ਰਿਹਾ, ਸਾਰੀ ਸੀਟਾਂ ਤੇ ਉਹਨਾਂ ਨੇ ਬਹੁਤ ਸੰਘਰਸ਼ ਕੀਤਾ ਹੈ, ਉਹਨਾਂ ਦਾ ਵੋਟ ਪਰਸੈਂਟੇਜ ਵੀ ਵਧਿਆ, ਲੇਕਿਨ ਵੋਟ ਪਰਸੈਂਟੇਜ ਵਧਣ ਤੋਂ ਬਾਅਦ ਵੀ ਉਹਨਾਂ ਨੂੰ ਸੀਟ ਨਹੀਂ ਆਈ। ਇਸ ਤਰ੍ਹਾਂ ਹੀ ਅਸੀਂ ਦੇਖਦੇ ਹਾਂ ਆਮ ਆਦਮੀ ਪਾਰਟੀ ਦਾ ਵੀ, ਜਿਨ੍ਹਾਂ ਨੇ ਪਹਿਲਾਂ 2022 'ਚ 92 ਸੀਟਾਂ ਲਈਆਂ ਸੀ ਅਸੈਂਬਲੀ ਦੀਆਂ, ਉਹਨਾਂ ਨੂੰ ਇਸ ਕੀ ਸਿਰਫ 3 ਪਾਰਲੀਮੈਂਟ ਸੀਟਾਂ ਮਿਲੀਆਂ, ਜਿਹੜੀ ਕਿ ਇਹਦਾ ਪੂਰਾ ਜੇ ਗਣਿਤ ਦੇਖਿਆ ਜਾਵੇ ਤੇ 32 ਜਾਂ 33 ਅਸੈਂਬਲੀ ਸੀਟਸ ਆਉਂਦੀਆਂ ਨੇ। ਹਾਂਜੀ, ਤੇ ਇਸ ਇਲੈਕਸ਼ਨ ਦੇ ਬੜੇ ਇੱਕ ਸਭ ਤੋਂ ਵਿਚਿੱਤਰ ਜਿਹੜੀ ਗੱਲ ਇਸ ਇਲੈਕਸ਼ਨ 'ਚ ਹੋਈ ਹੈ ਕਿ ਇਹ ਜਿਹੜੇ ਦੋ ਇੰਡੀਪੈਂਡੈਂਟ ਜਿੱਤੇ ਨੇ, ਜਿਨ੍ਹਾਂ ਦਾ ਕੋਈ ਪਾਰਟੀ ਨਹੀਂ ਸੀ, ਜਿਨ੍ਹਾਂ ਦਾ ਕੋਈ ਕੈਡਰ ਨਹੀਂ ਸੀ, ਜਿਨ੍ਹਾਂ ਦਾ ਪਿੱਛੇ ਕੋਈ ਮਤਲਬ ਇੱਕਦਮ ਪੋਲੀਟੀਕਲ ਸਪੋਰਟ, ਜਿਹੜੀ ਟ੍ਰੈਡੀਸ਼ਨਲ ਪੋਲੀਟੀਕਲ ਸਪੋਰਟ ਆਪਾਂ ਕਹਿੰਦੇ ਹਾਂ ਉਹ ਨਹੀਂ ਸੀ। ਜਿਸ ਤਰ੍ਹਾਂ ਤੁਸੀਂ ਮੈਂਸ਼ਨ ਕੀਤਾ ਖੰਡੂਰ ਸਾਹਿਬ, ਹੁਣ ਖੰਡੂਰ ਸਾਹਿਬ ਇੱਕ ਐਸੀ ਕੰਸਟੀਚੁਐਂਸੀ ਹੈ ਜਿਹੜੀ ਆਪਾਂ ਜਾਣਦੇ ਹਾਂ ਕਿ ਮਾਝੇ ਦੇ ਵਿੱਚ ਹੈ। ਮਾਝੇ ਦੇ ਵਿੱਚ ਇੱਕ ਵੇਲੇ ਖੰਡੂਰ ਸਾਹਿਬ ਕੰਸਟੀਚੁਐਂਸੀ ਦਾ ਨਾਮ ਪਹਿਲਾਂ ਤਰਨ ਤਾਰਨ ਲੋਕ ਸਭਾ ਸੀਟ ਹੁੰਦਾ ਸੀ, ਤੇ ਅਸੀਂ ਜਾਣਦੇ ਹਾਂ ਕਿ ਉਹ ਸਾਰਾ ਇਲਾਕਾ ਬੜਾ ਗਰਮ ਖਿਆਲੀਆਂ ਦਾ ਸੀਗਾ, ਤੇ ਪੰਜਾਬ ਦਾ ਅੱਤਵਾਦ ਜਦੋਂ ਚੱਲ ਰਿਹਾ ਸੀ ਤੇ ਉਸ ਇਲਾਕੇ 'ਚ ਕਾਫੀ ਇੱਕ ਤਰ੍ਹਾਂ ਨਾਲ ਇਟ ਵਾਸ ਸਪੋਜ਼ ਟੂ ਬੀ ਦਾ ਗੜ ਗੜ ਜਿਹਨੂੰ ਕਹਿੰਦੇ ਆ ਨਾ, ਉਹ ਸੀਗਾ ਮਤਲਬ ਫਾਊਂਟੇਨ ਹੈੱਡ ਆਫ ਇਟ। ਤੇ ਉੱਥੋਂ ਹੁਣ ਐਤਕੀ ਅੰਮ੍ਰਿਤਪਾਲ ਖੜੇ ਹੋਏ। ਅੰਮ੍ਰਿਤਪਾਲ ਕੋਈ ਬਹੁਤੇ ਪੋਲੀਟੀਸ਼ੀਅਨ ਨਹੀਂ ਹੈਗੇ, ਸਡਨਲੀ ਉਹ ਪੰਜਾਬ ਦੇ ਸੀਨ ਤੇ ਆਏ। ਮਤਲਬ 14-15 ਮਹੀਨੇ ਪਹਿਲੇ ਉਹਨਾਂ ਮਤਲਬ ਪਹਿਲੇ ਦੁਬਈ 'ਚ ਰਹਿੰਦੇ ਸੀਗੇ, ਉੱਥੋਂ ਆਪਣਾ ਕੰਮ ਕਾਜ ਛੱਡ ਕੇ ਇੱਥੇ ਆਏ, ਤੇ ਉਹਨਾਂ ਨੇ ਆਪਣੀ ਇੱਕ ਵਾਰਿਸ ਪੰਜਾਬ ਦੇ ਕਹਿ ਕੇ ਔਰਗੇਨਾਈਜੇਸ਼ਨ ਫਲੋਟ ਕੀਤੀ। ਉਹਦੇ ਉਹ ਅਧਿਕਸ਼ ਬਣੇ ਰਹੇ ਜਾਂ ਕਨਵੀਨਰ ਬਣੇ ਰਹੇ, ਜੋ ਵੀ ਬਣੇ ਰਹੇ, ਉਹਦੇ ਨਾਂ ਤੇ ਉਹਨਾਂ ਨੇ ਆਪਣੇ ਪੰਜਾਬ 'ਚ ਆ ਕੇ ਆਪਣਾ ਵਿਚਾਰ ਸ਼ੇਅਰ ਕਰਨੇ ਸ਼ੁਰੂ ਕੀਤੇ, ਆਪਣੇ ਆਪ ਨੂੰ ਲੋਕਾਂ ਦੇ ਵਿੱਚ ਲੈ ਕੇ ਜਾਣਾ, ਤੇ ਗਰਮ ਖਿਆਲਾਂ ਨਾਲ ਜਿਹੜੇ ਲੋਕ ਸੀਗੇ ਉਹਨਾਂ ਨੂੰ ਮਤਲਬ ਵਿਨ ਓਵਰ ਕਰਨ ਦਾ ਉਹਨਾਂ ਨੇ ਪ੍ਰਯਾਸ ਕੀਤਾ, ਜਿਹਦੇ ਕਾਰਨ ਉਹ ਕਈ ਕੰਟਰੋਵਰਸੀਆਂ 'ਚ ਵੀ ਪਏ। ਬਾਅਦ 'ਚ ਕਈ ਗੁਰਦੁਆਰਿਆਂ 'ਚ ਗਏ, ਉੱਥੇ ਕੁਰਸੀਆਂ ਤੋੜਤੀਆਂ, ਤੇ ਦੂਜਾ ਗੁਰਦੁਆਰਾ ਹੈਗਾ ਆਪਾਂ ਜਾਣਦੇ ਹਾਂ ਕਿ ਉੱਥੇ ਗੁਰੂ ਗ੍ਰੰਥ ਸਾਹਿਬ ਲੈ ਕੇ ਚਲੇ ਗਏ ਸੀਗੇ, ਤੇ ਪੁਲਿਸ ਵਾਲਿਆਂ ਤੇ ਉੱਥੇ ਵੀ ਪ੍ਰੋਬਲਮ ਖੜੀ ਹੋਈ ਸੀਗੀ।
ਉਹ ਤੋਂ ਬਾਅਦ ਫਿਰ ਜਦੋਂ ਪੁਲਿਸ ਨੇ ਰਿਅਲਾਈਜ਼ ਕੀਤਾ ਕਿ ਇਹ ਲਾਅ ਐਂਡ ਆਰਡਰ ਪ੍ਰੋਬਲਮ ਬਣ ਰਹੀ ਹੈ ਪੰਜਾਬ ਲਈ, ਉਹਨਾਂ ਦੇ ਖਿਲਾਫ ਕੇਸ ਰਜਿਸਟਰ ਹੋਇਆ, ਉਹਨਾਂ ਨੂੰ ਫਿਰ ਹੰਟ ਆਊਟ ਕੀਤਾ ਗਿਆ। ਤੇ ਆਪਾਂ ਸਾਰੇ ਜਾਣਦੇ ਹਾਂ ਕਿ ਉਹ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦਾ ਜਿਹੜਾ ਪਿੰਡ ਹੈ ਰੋਡੇ, ਉੱਥੋਂ ਉਹਨਾਂ ਨੂੰ ਅਰੈਸਟ ਕੀਤਾ ਗਿਆ ਸੀ। ਉੱਥੋਂ ਅਰੈਸਟ ਕਰਕੇ ਫਿਰ ਇਹਨਾਂ ਨੂੰ ਡਿਬਰੂਗੜ੍ਹ ਆਸਾਮ ਦੀ ਜੇਲ੍ਹ NSA ਲਗਾ ਕੇ ਭੇਜਤਾ। ਹੁਣ ਇਹ ਬੈਕਗ੍ਰਾਉਂਡ ਹੈ ਉਹਨਾਂ ਦੀ। ਐਸੀ ਬੈਕਗ੍ਰਾਉਂਡ ਦੇ ਵਿੱਚ ਜਿਹੜਾ ਬੰਦਾ ਡਿਬਰੂਗੜ੍ਹ ਬੈਠਾ ਹੈ, ਜਿਹੜਾ ਬੰਦਾ ਦਾ ਕੋਈ ਕੈਡਰ ਨਹੀਂ ਹੈ, ਜਿਹਦਾ ਕੋਈ ਥੱਲੇ ਉਹ ਲੀਡਰਸ਼ਿਪ ਸਟਰਕਚਰ ਨਹੀਂ ਹੈ, ਉਹ ਬੰਦਾ ਖੰਡੂਰ ਸਾਹਿਬ ਤੋਂ ਇੰਨੇ ਵੱਡੇ ਮਾਰਜਨ ਤੋਂ ਜਿੱਤਿਆ, ਮਤਲਬ 1 ਪੁਆਇੰਟ ਮੇਰੇ ਖਿਆਲ 9 ਲੱਖ ਵੋਟਾਂ ਦੇ ਮਾਰਜਨ ਨਾਲ ਉਹ ਜਿੱਤਿਆ। ਉਹ ਜਿੱਤਿਆ ਵੀ ਕਾਂਗਰਸ ਦੇ ਕੈਂਡੀਡੇਟ ਤੋਂ। ਹੁਣ ਖੰਡੂਰ ਸਾਹਿਬ ਦੀ ਕੰਸਟੀਚੁਐਂਸੀ ਦੀ ਆਪਾਂ ਲੜਾਈ ਦੇਖੀਏ ਤੇ ਉੱਥੇ ਅਕਾਲੀਆਂ ਨੇ ਵਿਰਸਾ ਸਿੰਘ ਵਲਟੋਆ ਨੂੰ ਖੜਾ ਕੀਤਾ ਸੀਗਾ। ਵਿਰਸਾ ਸਿੰਘ ਵਲਟੋਆ ਦਾ ਵੀ ਜਿਹੜਾ ਪਿਛੋਕੜ ਹੈ ਉਹ ਥੋੜਾ ਗਰਮ ਖਿਆਲੀਆ ਰਿਹਾ ਹੈਗਾ ਤੇ ਅਸੀਂ ਸਾਰੇ ਜਾਣਦੇ ਹਾਂ, ਤੇ ਅਕਾਲੀ ਦਲ ਕੋਸ਼ਿਸ਼ ਕਰ ਰਿਹਾ ਸੀ ਕਿ ਅਸੀਂ ਇੱਕ ਤਰ੍ਹਾਂ ਨਾਲ ਗਰਮ ਖਿਆਲ ਦੀ ਲੜਾਈ ਉੱਥੇ ਪੰਜਾਬ ਖੰਡੂਰ ਸਾਹਿਬ 'ਚ ਸ਼ੁਰੂ ਹੋ ਗਈ। ਤੇ ਉਹ ਸਾਰੇ 'ਚੋਂ ਅੰਮ੍ਰਿਤਪਾਲ ਸਿੰਘ ਜਿਹੜਾ ਆਪ ਜੇਲ੍ਹ ਤੋਂ ਆਇਆ ਨਹੀਂ, ਜਿਹਨੇ ਆਪ ਕਨਵੈਸਿੰਗ ਨਹੀਂ ਕੀਤੀ, ਲੋਕਾਂ ਨੇ ਉਹਦੇ ਲਈ ਕਨਵੈਸਿੰਗ ਕੀਤੀ। ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਉਹ ਜਸਵੰਤ ਸਿੰਘ ਖਾਲੜਾ ਹੁੰਦੇ ਸੀਗੇ, ਉਹਨਾਂ ਦੀ ਜਿਹੜੀ ਵਾਈਫ ਨੇ ਬੀਬੀ ਖਾਲੜਾ, ਉਹਨਾਂ ਨੇ ਸਾਰੀ ਕੰਪੇਨਿੰਗ ਦਾ ਇਹਦਾ ਜ਼ਿੰਮੇਵਾਰੀ ਲਈ ਹੋਈ ਸੀਗੀ। ਤੇ ਉਹ ਉਹਨਾਂ ਨੇ ਸਾਰਾ ਕੁਝ ਦੇਖਿਆ, ਸਾਰਾ ਕੁਝ ਕੀਤਾ, ਲੋਕਾਂ ਦੇ ਵਿੱਚ ਇੱਕ ਉਤਸ਼ਾਹ ਦੇਖਿਆ। ਤੇ ਮਤਲਬ ਅੰਮ੍ਰਿਤਪਾਲ ਸਿੰਘ ਜਿੱਤੇ 1.9 ਲੱਖ ਵੋਟ ਦੇ ਮਾਰਜਨ ਨਾਲ, ਜਿਹੜਾ ਕਿ ਬੜਾ ਇੱਕ ਮਤਲਬ ਕਨਵਿੰਸਿੰਗ ਮਾਰਜਨ ਸਮਝਿਆ ਜਾਂਦਾ ਹੈ। ਸੋ ਕਿਤੇ ਨਾ ਕਿਤੇ ਦਰਸਾਉਂਦਾ ਹੈ ਕਿ ਉਸ ਇਲਾਕੇ 'ਚ ਜਿਹੜਾ ਗਰਮ ਖਿਆਲ ਹੈ। ਹਾਂ, ਆਪਾਂ ਨੂੰ ਇੱਕ ਗੱਲ ਦਾ ਜ਼ਰੂਰ ਧਿਆਨ ਰੱਖਣਾ ਚਾਹੀਦਾ ਹੈ ਕਿ ਇਹ ਜਿਹੜੇ ਦੋ ਕੈਂਡੀਡੇਟ ਜਿੱਤੇ ਨੇ ਖੰਡੂਰ ਸਾਹਿਬ ਤੋਂ ਤੇ ਫਰੀਦਕੋਟ ਤੋਂ, ਜਿਸ ਤਰ੍ਹਾਂ ਤੁਸੀਂ ਕਿਹਾ ਸਰਦਾਰ ਸਰਬਜੀਤ ਸਿੰਘ ਖਾਲਸਾ ਜਿੱਤੇ ਨੇ, ਇਹਨਾਂ ਨੇ ਆਪਣੇ ਕੈਂਪੇਨ 'ਚ, ਹਾਲਾਂਕਿ ਇਹ ਗਰਮ ਖਿਆਲੀ ਨੇ, ਲੇਕਿਨ ਕੈਂਪੇਨ 'ਚ ਕਦੇ ਖਾਲਿਸਤਾਨ ਦਾ ਨਾਂ ਨਹੀਂ ਲਿਆ, ਕੰਪੇਨ 'ਚ ਕਦੇ ਸੈਪਰੇਟਿਜ਼ਮ ਦਾ ਜਿਹੜਾ ਏਡੀਅਮ ਹੈ ਨਾ ਉਹਨੂੰ ਪ੍ਰਮੋਟ ਨਹੀਂ ਕੀਤਾ। ਇਹਨਾਂ ਨੇ ਗੱਲ ਕੀਤੀ ਨਸ਼ਿਆਂ ਦੀ, ਇਹਨਾਂ ਨੇ ਗੱਲ ਕੀਤੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ, ਇਹਨਾਂ ਨੇ ਗੱਲ ਕੀਤੀ ਜਿਹੜੇ ਬੇਸਿਕ ਸਿੱਖ ਇਸ਼ੂਜ਼ ਨੇ ਉਹਨਾਂ ਨੂੰ ਲੈ ਕੇ। ਇਹਨਾਂ ਨੇ ਇਹਨਾਂ ਦੇ ਪ੍ਰੋਪੇਗੈਂਡਾ 'ਚ ਜਾਂ ਕੈਂਪੇਨ 'ਚ ਕਿਤੇ ਐਂਟੀ ਨੈਸ਼ਨਲ ਜਿਹੜਾ ਹੁੰਦਾ ਨਾ, ਜਿੱਦਾਂ ਖਾਲਿਸਤਾਨ ਦਾ ਕੋਈ ਕਨਸੈਪਟ ਹੈ, ਉਹਦਾ ਵੀ ਗੱਲ ਨਹੀਂ ਸੀ ਆਈ। ਸੋ ਅੰਮ੍ਰਿਤਪਾਲ ਦੇ ਵੀ ਕੰਸਟੀਚੁਐਂਸੀ ਗੰਡੂਰ ਸਾਹਿਬ 'ਚ ਇਦਾਂ ਦਾ ਖਿਆਲ ਨਹੀਂ ਸੀ, ਲੇਕਿਨ ਅੰਮ੍ਰਿਤ ਸਾਹਿਬ ਦੇਖੋ ਕਿੰਨੇ ਮਾਰਜਨ ਤੇ ਜਿੱਤੇ ਨੇ। ਹਾਲਾਂਕਿ ਉਹ ਇੱਕ ਕ੍ਰਿਮੀਨਲ ਦੀ ਤਰ੍ਹਾਂ ਆਪਾਂ ਜਾਣਦੇ ਹਾਂ ਕਿ ਡਿਬਰੂਗੜ੍ਹ ਜੇਲ੍ਹ 'ਚ ਬੈਠੇ ਨੇ, ਲੇਕਿਨ ਲੋਕਾਂ ਨੇ ਉਹਨਾਂ ਨੂੰ ਹੁੰਗਾਰਾ ਦਿੱਤਾ। ਹੁਣ ਇੱਕ ਬਹੁਤ ਚਿੰਤਾ ਦਾ ਵਿਸ਼ੇ ਹੈ ਕਿ ਕੀ ਲੋਕਾਂ ਦੇ ਵਿੱਚ ਇਦਾਂ ਦਾ ਵਿਚਾਰ ਚੱਲ ਰਿਹਾ, ਜੇ ਚੱਲ ਰਿਹਾ ਤੇ ਇਹਨੂੰ ਆਪਾਂ ਕਿਸ ਤਰ੍ਹਾਂ ਐਡਰੈਸ ਕਰਨਾ। ਇਸ ਤਰ੍ਹਾਂ ਹੀ ਸਰਬਜੀਤ ਸਿੰਘ ਖਾਲਸਾ ਹੈ। ਸਰਬਜੀਤ ਸਿੰਘ ਖਾਲਸਾ ਥੋੜਾ ਜਿਹਾ ਅਲੱਗ ਹੈ ਅੰਮ੍ਰਿਤਪਾਲ ਨਾਲੋਂ, ਉਹ ਇਸ ਕਰਕੇ ਕਿ ਸਰਬਜੀਤ ਸਿੰਘ ਖਾਲਸਾ ਬੜੀ ਦੇਰ ਤੋਂ ਕੋਸ਼ਿਸ਼ ਕਰ ਰਹੇ ਨੇ ਮੈਂ ਪੋਲੀਟੀਕਲੀ ਕਿਸੇ ਤਰ੍ਹਾਂ ਉਹ ਹੋਵਾਂ। ਉਹਨਾਂ ਦੀ ਜਿਹੜੀ ਵਾਈਫ ਸੀਗੇ ਸਰਬਜੀਤ ਸਿੰਘ ਖਾਲਸਾ, ਆਪਾਂ ਜਾਣਦੇ ਹਾਂ ਬੇਅੰਤ ਸਿੰਘ ਦੇ ਬੇਟੇ ਨੇ, ਬੇਅੰਤ ਸਿੰਘ ਉਹ ਨੇ ਜਿਹੜੇ ਇੰਦਰਾ ਗਾਂਧੀ ਦਾ ਮਰਡਰ ਕੀਤਾ ਸੀਗਾ। ਤੋ ਇਹਨਾਂ ਦੀ ਜਿਹੜੀ ਆਪਣਾ ਵਾਈਫ ਹੈਗੀ ਹੈ ਬੇਅੰਤ ਸਿੰਘ ਹੋਰਾਂ ਦੀ, ਜਾਂ ਸਰਬਜੀਤ ਦੀ ਮਾਂ ਜਿਹੜੀ ਹੈਗੀ ਹੈ ਵਿਮਲ ਕੌਰ, ਉਹ 1989 'ਚ, 1989 'ਚ ਰੋਪੜ ਤੋਂ MP ਰਹੇ ਨੇ। ਉਹ ਜਿਹੜੀ ਮਾਨ ਦੀ ਇੱਕ ਪਾਰਟੀ ਸੀਗੀ ਉਦੋਂ, ਅਕਾਲੀ ਦਲ ਮਾਨ ਹੀ ਕਿਹਾ ਜਾਂਦਾ ਸੀ, ਅਕਾਲੀ ਦਲ ਮਾਨ ਹੀ ਸੀਗਾ। ਲਾਸਟ ਟਾਈਮ ਜਦੋਂ ਅਸੀਂ ਦੇਖਿਆ ਸੀ ਵੀ ਰੈਡੀਕਲ ਇੰਨੇ ਲੋਕ ਸਭਾ ਕੈਂਡੀਡੇਟ ਬਣੇ ਨੇ, ਉਹ ਪੰਜਾਬ 'ਚ 1989 'ਚ ਬਣੇ ਸੀਗੇ, ਜਦੋਂ 13 ਕੌਂਸਟੀਚੁਐਂਸੀ ਦੇ ਵਿੱਚੋਂ 8 ਕੌਂਸਟੀਚੁਐਂਸੀ ਜਿਹੜੀਆਂ ਸੀਗੀਆਂ ਇਹਨਾਂ ਦੀ ਸੀਗੀਆਂ, ਤੇ ਉਹਨਾਂ 'ਚੋਂ ਇੱਕ ਵਿਮਲ ਕੌਰ ਵੀ ਜਿੱਤੀ ਸੀਗੀ।
1989 ਚ ਜਿਹੜੇ ਸਰਬਜੀਤ ਖਾਲਸਾ ਦੇ ਮਾਤਾ ਨੇ। ਤੋ ਸਰਬਜੀਤ ਖਾਲਸਾ ਫਿਰ ਉਸ ਤੋਂ ਬਾਅਦ ਪੋਲੀਟੀਕਲੀ ਐਕਟਿਵ ਹੋ ਗਏ। ਉਹਨਾਂ ਨੇ 2004 ਚ ਲੋਕ ਸਭਾ ਦਾ ਕੈਂਡੀਡੇਟ ਬਣ ਕੇ ਬਠਿੰਡੇ ਤੋਂ ਇਲੈਕਸ਼ਨ ਲੜਨਾ ਚਾਹਿਆ, ਉੱਥੇ ਹਾਰ ਗਏ। ਉਸ ਤੋਂ ਬਾਅਦ 2007 ਚ ਇਹਨਾਂ ਨੇ ਆਪਣਾ ਇਲੈਕਸ਼ਨ ਲੜਿਆ ਅਸੈਂਬਲੀ ਦਾ। ਮੇਰਾ ਖਿਆਲ ਹੈ ਕਿ ਭਡੌਰ ਤੋਂ ਲੜਿਆ ਸੀਗਾ, ਭਡੌਰ ਤੋਂ ਹੀ ਸ਼ਾਇਦ, ਹਾਂ ਭਡੌਰ ਤੋਂ ਇਹਨਾਂ ਨੇ ਇਲੈਕਸ਼ਨ ਲੜਿਆ ਅਸੈਂਬਲੀ ਦਾ, ਉਹ ਵੀ ਹਾਰ ਗਏ। ਉਸ ਤੋਂ ਬਾਅਦ ਫਿਰ 2014 ਦਾ ਜਦੋਂ ਆਉਂਦਾ ਇਲੈਕਸ਼ਨ ਲੋਕ ਸਭਾ ਦਾ, ਉਦੋਂ ਇਹਨਾਂ ਨੇ ਆਪਣਾ ਫਤਿਹਗੜ੍ਹ ਸਾਹਿਬ ਤੋਂ ਆਪਣਾ ਦਾਅ ਮਾਰਨ ਦੀ ਕੋਸ਼ਿਸ਼ ਕੀਤੀ। ਤੋ ਕਹਿਣ ਦਾ ਭਾਵ ਇਹ ਹੈ ਕਿ ਇਹ ਬਾਰ ਬਾਰ ਕੋਸ਼ਿਸ਼ ਕਰਦੇ ਰਹੇ। ਹੁਣ ਵੀ ਕਹਿ ਰਹੇ ਸੀ, ਹੁਣ ਫਰੀਦਕੋਟ ਕਦੇ ਗਏ ਨਹੀਂ, ਰਹਿੰਦੇ ਨੇ ਮੋਹਾਲੀ। ਫਰੀਦਕੋਟ ਤੋਂ ਇਹਨਾਂ ਨੇ ਚੁਣਿਆ ਇਲੈਕਸ਼ਨ ਲੜਨ ਲਈ, ਤੇ ਉੱਥੋਂ ਹੁਣ ਉਹਨਾਂ ਨੇ ਵਿਕਟਰੀ ਹਾਸਲ ਕੀਤੀ ਹੈ। ਹਾਲਾਂਕਿ ਹੋਰ ਬੜੇ ਕੈਂਡੀਡੇਟ ਸੀਗੇ ਜਿਹੜੇ ਕਿ ਆਪਾਂ ਸੋਚ ਰਹੇ ਸੀ ਫਰੰਟ ਰਨਰਸ ਹੋਣਗੇ। ਸੋ ਉਹ ਵੀ ਇੱਕ ਗਰਮ ਖਿਆਲ ਦੀ ਨੇਤ੍ਰਿਤਵ ਕਰਦੇ ਨੇ, ਉਹਨੂੰ ਰਿਪ੍ਰੈਜੈਂਟ ਕਰਦੇ ਨੇ। ਸੋ ਪੰਜਾਬ ਲਈ ਇੱਕ ਥੋੜਾ ਜਿਹਾ ਚਿੰਤਾ ਦਾ ਵਿਸ਼ੇ ਹੈ, ਥੋੜਾ ਨਹੀਂ ਬੜੀ ਵੱਡੀ ਚਿੰਤਾ ਦਾ ਵਿਸ਼ੇ ਹੈ ਕਿ ਇਸ ਤਰ੍ਹਾਂ ਦੇ ਖਿਆਲ ਦੇ ਲੋਕ ਬਿਨਾਂ ਆਰਗੇਨਾਈਜੇਸ਼ਨ ਤੋਂ, ਬਿਨਾਂ ਆਪਣਾ ਪੋਲੀਟੀਕਲ ਲੀਡਰਸ਼ਿਪ ਤੋਂ, ਜਿਹੜੀ ਆਪਾਂ ਟ੍ਰੈਡੀਸ਼ਨਲ ਪੋਲੀਟੀਕਲ ਲੀਡਰਸ਼ਿਪ ਕਹਿੰਦੇ, ਉਹ ਤੋਂ ਬਿਨਾਂ ਵੀ ਜੇ ਵਿਕਟਰੀ ਹਾਸਲ ਕਰ ਰਹੇ ਨੇ। ਤੇ ਮੈਨੂੰ ਲੱਗਦਾ ਪੰਜਾਬ ਦੇ ਨੈਰੇਟਿਵ 'ਚ ਇਸ ਚੀਜ਼ ਬਾਰੇ ਚਿੰਤਾ ਵੀ ਕਰਨੀ ਚਾਹੀਦੀ ਹੈ, ਚਿੰਤਨ ਵੀ ਕਰਨਾ ਚਾਹੀਦਾ ਹੈ। ਅਜੇ ਜੀ ਤੁਸੀਂ ਵੀ ਇੱਕ ਗੱਲ ਕਹੀ ਹੈ ਜਿਹੜੀ ਸਾਨੂੰ ਲੱਗਦਾ ਵੀ ਬੜੀ ਪੰਜਾਬ ਦੇ ਵਿੱਚ ਜਿਹੜੀ ਲਾ ਐਂਡ ਆਰਡਰ ਦੀ ਪ੍ਰੋਬਲਮ ਹੈ, ਪੰਜਾਬ ਦੇ ਵਿੱਚ ਜਿਹੜੀ ਨਸ਼ੇ ਦੀ ਪ੍ਰੋਬਲਮ ਹੈ, ਪੰਜਾਬ ਦੇ ਵਿੱਚ ਹੋਰ ਜਿਹੜੇ ਬੇਸਿਕ ਸਿੱਖ ਇਸ਼ੂ ਨੂੰ ਐਡਰੈਸ ਨਹੀਂ ਕੀਤਾ ਜਾ ਰਿਹਾ, ਕਈ ਕਿਤੇ ਨਾ ਕਿਤੇ ਮਾਸਿਸ ਦੇ ਵਿੱਚ ਇਹ ਵੀ ਹੈ ਵੀ ਆਪਾਂ ਕਈ ਗੁਰਦੁਆਰਾ ਸਾਹਿਬ ਦੇ ਵਿੱਚ ਕਿਤੇ ਕਨਵਰਸ਼ਨ ਦੇ ਵਿੱਚ ਵੀ ਕਿਤੇ ਨਾ ਕਿਤੇ ਅਸੀਂ ਵਧੀ ਜਾ ਰਹੇ ਹਾਂ ਉਸ ਪਾਸੇ, ਤੇ ਕਿਤੇ ਨਾ ਕਿਤੇ ਉਹਦੀ ਵੀ ਰਿਜੈਂਟਮੈਂਟ ਇਹਨਾਂ ਦੇ ਉਸ 'ਚ ਨਜ਼ਰ ਆ ਰਿਹਾ, ਕੁਛ ਆ ਰਿਹਾ, ਕੁਛ ਐਸਾ ਕੁਛ ਲੱਗ ਰਿਹਾ, ਕਿਉਂਕਿ ਨਸ਼ੇ ਵਾਲਾ ਤੁਸੀਂ ਬਿਲਕੁਲ ਖੁੱਲ੍ਹ ਕੇ ਕਿਹਾ ਵੀ ਨਸ਼ਾ ਹੈ ਜਾਂ ਹੋਰ ਜਿਹੜੇ ਇਸ਼ੂਜ਼ ਹੈ, ਸੋਸ਼ਲ ਇਸ਼ੂਜ਼ ਹੈ, ਉਹ ਐਡਰੈਸ ਨਹੀਂ ਹੋ ਰਹੇ, ਇਸ ਕਰਕੇ ਬਾਰਡਰ ਸਟੇਟ ਹੋਣ ਕਰਕੇ ਲੋਕੀ ਇਹਨਾਂ ਦੇ ਵੱਲ ਵੀ ਆਕਰਸ਼ਿਤ ਹੋ ਰਹੇ ਆ। ਨਹੀਂ, ਲੋਕੀ ਨਸ਼ੇ ਤੋਂ ਪਰੇਸ਼ਾਨ ਨੇ, ਨਸ਼ੇ ਤੋਂ ਪਰੇਸ਼ਾਨ ਨੇ ਲੋਕੀ, ਅਨਇੰਪਲੋਇਮੈਂਟ ਤੋਂ ਪਰੇਸ਼ਾਨ ਨੇ ਲੋਕੀ, ਬੇਰੋਜ਼ਗਾਰੀ ਤੋਂ ਪਰੇਸ਼ਾਨ ਨੇ ਲੋਕੀ, ਨਸ਼ਿਆਂ ਤੋਂ ਵੀ ਪਰੇਸ਼ਾਨ ਨੇ ਲੋਕਾਂ ਦੀ। ਕਈ ਪ੍ਰੋਬਲਮਸ ਨੇ ਜਿਹੜੀ ਆਪਾਂ ਦੇਖਦੇ ਹਾਂ ਕਿ ਪੰਜਾਬ 'ਚ ਬਹੁਤ ਜ਼ਿਆਦਾ ਅੰਦਰ ਤੱਕ ਪੈਂਟ ਕੀਤੀ ਹੋਈ ਹੈ, ਪਰ ਇਹਦੇ ਕਾਰਨ ਕੋਈ ਗਰਮ ਖਿਆਲ ਖੜਾ ਹੋਵੇ, ਇਹ ਥੋੜਾ ਜਿਹਾ ਚਿੰਤਾ ਦਾ ਵਿਸ਼ੇ ਲੱਗਦਾ ਕਿ ਇਹ ਇਹ ਠੀਕ ਹੈ, ਪ੍ਰੋਬਲਮ ਹੈਗੀ, ਇਹ ਪ੍ਰੋਬਲਮ ਨੂੰ ਸੋਲਵ ਕਰਨਾ ਚਾਹੀਦਾ, ਨਸ਼ਿਆਂ ਲਈ ਪੁਲਿਸ ਨੂੰ ਫਾਈਟ ਕਰਨਾ ਚਾਹੀਦਾ ਜਾਂ ਸਰਕਾਰ ਨੂੰ ਦੇਖਣਾ ਚਾਹੀਦਾ, ਪਰ ਇਹ ਕੋਈ ਐਸੀ ਜਗ੍ਹਾ ਨਹੀਂ ਬਣਨੀ ਚਾਹੀਦੀ ਮੇਰੇ ਮੁਤਾਬਿਕ, ਕਿ ਗਰਮ ਖਿਆਲ ਦੇ ਜਿਹੜੇ ਲੋਕ ਨੇ ਜਿਹੜੇ ਕਿ ਐਕਸਟ੍ਰੀਮਿਜ਼ਮ ਥੋਟ ਨੂੰ ਪ੍ਰਮੋਟ ਕਰਦੇ ਨੇ ਜਾਂ ਸੈਪਰੇਟਿਜ਼ਮ ਦੀ ਗੱਲ ਕਰਦੇ ਨੇ, ਉਹਨਾਂ ਨੂੰ ਫਿਰ ਅੱਗੇ ਕਿਸੇ ਤਰ੍ਹਾਂ ਨਾਲ ਪੋਲੀਟੀਕਲ ਰੈਲੀਵੈਂਸ ਮਿਲੇ। ਹੁਣ ਲੋਕ ਸਭਾ ਦਾ ਕੈਂਡੀਡੇਟ ਬਣ ਕੇ ਕਿਤੇ ਨਾ ਕਿਤੇ ਪੋਲੀਟੀਕਲ ਰੈਲੀਵੈਂਸ ਦੀ ਸਟੈਂਪ ਲੱਗ ਜਾਂਦੀ ਹੈ, ਜਿਹੜੀ ਕਿ ਚਿੰਤਾ ਦਾ ਵਿਸ਼ੇ ਹੈਗਾ, ਜਿਹਦੇ ਬਾਰੇ ਮੈਨੂੰ ਲੱਗਦਾ ਕਿ ਸਮਾਜ 'ਚ ਬਹੁਤ ਵੱਡੇ ਮੰਥਨ ਦੀ ਲੋੜ ਹੈਗੀ ਹੈ, ਕਿ ਅਸੀਂ ਹੁਣ ਅੱਗੇ ਵਧਣਾ ਚਾਹੀਦਾ, ਪੰਜਾਬ ਨੂੰ ਅੱਗੇ ਵਧਣਾ ਚਾਹੀਦਾ, ਪੰਜਾਬ 'ਚ ਖੁਸ਼ਹਾਲੀ ਵਾਪਿਸ ਆਉਣੀ ਚਾਹੀਦੀ ਹੈ, ਪੰਜਾਬ ਦਾ ਯੂਥ ਇੰਟਰਨੈਸ਼ਨਲ ਯੂਥ ਬਣਨਾ ਚਾਹੀਦਾ, ਪੰਜਾਬ ਦੇ ਅੰਦਰ ਆਪਾਂ ਇੰਨਾ ਐਂਟਰਪ੍ਰਾਈਜ਼ ਦੇਖਦੇ ਹਾਂ, ਉਹ ਸਾਰੇ ਨੂੰ ਜਗ੍ਹਾ ਮਿਲਣੀ ਚਾਹੀਦੀ ਹੈ, ਤਾਂ ਕਿ ਪੰਜਾਬ ਫਿਰ ਜਿਸ ਤਰ੍ਹਾਂ ਸਾਡੇ ਦੇਸ਼ ਦਾ ਇੱਕ ਮੋਹਰੀ ਹੁੰਦਾ ਸੀਗਾ ਇੱਕ ਸਟੇਜ ਤੇ, ਅਸੀਂ ਅੰਨ ਵੀ ਪੈਦਾ ਕਰਦੇ ਸੀ, ਅਸੀਂ ਇੰਡਸਟਰੀ ਵੀ ਬੜੀ ਲਾਈ ਹੈ, ਅਸੀਂ ਐਂਟਰਪ੍ਰੀਨਿਓਰਸ ਵੀ ਬੜੇ ਪੈਦਾ ਕੀਤੇ ਨੇ, ਸਾਨੂੰ ਵਾਪਿਸ ਉਸ ਸਟੇਜ ਤੇ ਆਉਣਾ ਚਾਹੀਦਾ, ਪ੍ਰਯਾਸ ਉਹਦੇ ਲਈ ਕਰਨਾ ਦੀ ਲੋੜ ਹੈ। ਸਾਨੂੰ ਵਾਪਿਸ ਉਸ ਸਟੇਜ 'ਤੇ ਆਉਣਾ ਚਾਹੀਦਾ, ਐਂਟਰਪ੍ਰੈਨਰ ਬਣਨਾ ਚਾਹੀਦਾ, ਔਰ ਅੱਛੇ ਪੰਜਾਬ ਵੱਲ ਜਿਹੜਾ ਰੰਗਲਾ ਪੰਜਾਬੀ ਜਿਹਨੂੰ ਕਹਿੰਦੇ, ਹਰ ਤਰ੍ਹਾਂ ਦਾ ਪੰਜਾਬ ਡਿਵੈਲਪ ਹੋਵੇ, ਇਸਦੇ ਲਈ ਪ੍ਰਯਾਸ ਕਰਨਾ ਚਾਹੀਦਾ। ਅਜੇ ਜੀ ਤੁਸੀਂ ਦੱਸਿਆ,
ਔਰ ਮੈਨੂੰ ਲੱਗਦਾ ਵੀ ਜਿਹੜੇ ਸਾਡੇ ਦਰਸ਼ਕ ਜਾਂ ਜਿੱਥੇ ਜਿੱਥੇ ਸਾਡੀ ਗੱਲ ਪਹੁੰਚੇ ਉਸ ਵਿਸ਼ੇ ਨੂੰ ਲੈ ਕੇ ਸਾਰੇ ਚਿੰਤਨ ਵੀ ਕਰੀਏ, ਔਰ ਜੇ ਤੁਹਾਨੂੰ ਅਜੇ ਜੀ ਦੀ ਗੱਲ ਜਾਂ ਸਾਡੇ ਵਿਸ਼ੇ ਤੋਂ ਠੀਕ ਲੱਗਦਾ ਹੈ ਤੁਸੀਂ ਲਾਈਕ ਵੀ ਕਰੋ ਔਰ ਅੱਗੇ ਫਾਰਵਰਡ ਵੀ ਕਰੋ। ਸਾਰਿਆਂ ਦਾ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਅਜੇ ਜੀ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ, ਸਤਿ ਸ਼੍ਰੀ ਅਕਾਲ, ਥੈਂਕ ਯੂ ਥੈਂਕ ਯੂ ਥੈਂਕ ਯੂ ਜੀ, ਤੁਸੀਂ ਮੈਨੂੰ ਮੌਕਾ ਦਿੱਤਾ, ਬਹੁਤ ਬਹੁਤ ਧੰਨਵਾਦ ਸਾਰਿਆਂ ਦਾ। ਥੈਂਕ ਯੂ।